ਪਾਰ ਕਿਰਪਾ ਰਹਿਮਤ ਸਦਕਾ ਇਤਿਹਾਸ ਤੇ ਤਵਾਰੀਖ ਦੇ ਪੰਨਿਆਂ ਦੇ ਉੱਤੇ ਉਹ ਅੱਖਰ ਸੁਨਹਿਰੀ ਅੱਖਰਾਂ ਨਾਲ ਲਿਖੇ ਜਾਂਦੇ ਨੇ ਜਦੋਂ ਕੋਈ ਤਬਦੀਲੀ ਆਣੀ ਹੁੰਦੀ ਹੈ। ਤਬਦੀਲੀ ਇਉਂ ਨਹੀਂ ਆਇਆ ਕਰਦੀ, ਤਬਦੀਲੀ ਸਮਾਜ ਦੇ ਵਿੱਚ ਲਿਆਉਣ ਵਾਲੇ ਕ੍ਰਾਂਤੀਕਾਰੀ ਗੁਰੂ ਹੁੰਦੇ ਨੇ, ਕੋਈ ਟੀਚਰ ਹੁੰਦਾ ਹੈ, ਕੋਈ ਉਸਤਾਦ ਹੁੰਦਾ ਹੈ ਜਿਹਦੀ ਵਿਚਾਰਧਾਰਾ ਕ੍ਰਾਂਤੀਕਾਰੀ ਹੁੰਦੀ ਹੈ, ਤਾਂ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਤਬਦੀਲੀ ਆਉਂਦੀ ਹੈ। ਧੰਨ ਧੰਨ ਗੁਰਦੇਵ ਪਿਤਾ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਬੋਲ ਨੇ ਗੁਰਬਾਣੀ ਗੁਰ ਸ਼ਬਦ ਦੇ ਅੰਦਰ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਦੇ ਵਿੱਚ ਦਰਜ ਕਰਦੇ ਨੇ, ਬਾਬਾ ਨਾਮਦੇਵ ਜੀ ਦੇ ਸੁਨਹਿਰੀ ਬੋਲ ਨੇ, ਕਹਿੰਦੇ ਅਣ ਮਣਿਆ ਮੰਦਲ ਬਾਜੈ ਬਿਨ ਸਾਵਣ ਕਨਹਰ ਗਾਜੈ, ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੈ ਕੋਈ, ਮੋਕੋ ਮਿਲਿਓ ਰਾਮ ਸਨੇਹੀ ਜਿਹ ਮਿਲਿਆ ਤੇ ਸੁਦੇਹੀ। ਕਹਿੰਦੇ ਬੱਦਲਾਂ ਤੋਂ ਬਗੈਰ ਵਰਖਾ ਨਹੀਂ ਹੁੰਦੀ, ਬੱਦਲਾਂ ਤੋਂ ਬਗੈਰ ਵਰਖਾ ਨਹੀਂ ਹੁੰਦੀ। ਸਾਇੰਟਿਫਿਕ ਰੀਜ਼ਨ ਹੈ ਕਿ ਬੱਦਲ ਹੋਣਗੇ ਤੇ ਆਕਾਸ਼ ਤੋਂ ਵਰਖਾ ਹੋਏਗੀ, ਪਰ ਬਾਬਾ ਨਾਮਦੇਵ ਜੀ ਕਹਿੰਦੇ ਨੇ ਮੈਂ ਵੇਖ ਰਿਹਾ ਬਿਨਾਂ ਬੱਦਲਾਂ ਤੋਂ ਵਰਖਾ ਹੁੰਦੀ ਹੈ, ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ। ਸਮਾਜ ਸੋਚਦਾ ਹੈ, ਸੰਸਾਰ ਸੋਚਦਾ ਕਿ ਇਹ ਹੋ ਨਹੀਂ ਸਕਦਾ, ਇਟਸ ਇੰਪੋਸੀਬਲ, ਇਹ ਤੇ ਹੋ ਨਹੀਂ ਸਕਦਾ, ਇਸ ਨੂੰ ਸਮਾਜ ਕਰ ਨਹੀਂ ਸਕਦਾ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਦੇ ਵਿੱਚ ਕੰਨਾਂ ਦੇ ਨਾਲ ਉਹ ਧਰਮ ਦੀ ਗੱਲ ਵੀ ਨਹੀਂ ਸੀ ਸੁਣ ਸਕਦਾ। ਜੇ ਕਿਤੇ ਧਰਮ ਦੀ ਗੱਲ ਉਸਦੇ ਕੰਨਾਂ ਦੇ ਵਿੱਚ ਪੈ ਜਾਂਦੀ ਸੀ ਤੇ ਸਿੱਕਾ ਢਾਲ ਕੇ ਉਹਦੇ ਕੰਨਾਂ ਦੇ ਵਿੱਚ ਪਾ ਦਿੱਤਾ ਜਾਂਦਾ ਸੀਗਾ। ਅਸੀਂ ਇਤਿਹਾਸ ਪੜ੍ਹਦੇ ਹਾਂ ਆਪਣਾ ਪੁਰਾਤਨ ਇਤਿਹਾਸ ਦੇ, ਜਦੋਂ ਪੰਨਿਆਂ ਦੇ ਉੱਤੇ ਇਤਿਹਾਸ ਦਾ ਪਾਠਕ ਹੈਰਾਨ ਹੋ ਜਾਂਦਾ ਹੈ ਕਿ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਇਹ ਗੱਲ ਪੜ੍ਹਦੇ ਹਾਂ। ਪਰ ਉਸੇ ਬਨਾਰਸ ਦੀ ਧਰਤੀ ਦੇ ਉੱਤੇ ਬਾਬਾ ਕਬੀਰ ਜੀ ਨੇ, ਬਾਬਾ ਰਵਿਦਾਸ ਜੀ ਨੇ ਵੰਗਾਰ ਕੇ ਬ੍ਰਾਹਮਣ ਨੂੰ ਕਹਿੰਦੇ ਨੇ, ਜਦ ਤੋਂ ਬ੍ਰਾਹਮਣ ਬ੍ਰਾਹਮਣੀ ਚ ਆਇਆ ਤਾਂ ਉਹ ਆਲ ਬਾਟ ਕਾਹੇ ਨਹੀਂ ਆਇਆ। ਬੜੀਆਂ ਪਿਆਰੀਆਂ ਦਲੀਲਾਂ ਦਿੱਤੀਆਂ ਨੇ ਕਿ ਬ੍ਰਾਹਮਣ ਜਿਹੜਾ ਤੇਰੇ ਅੰਦਰ ਰਗਾਂ ਦੇ ਵਿੱਚ ਖੂਨ ਦੌੜਦਾ ਹੈ ਇਹ ਕਿਆ ਚਿੱਟੇ ਰੰਗ ਦਾ ਹੈ, ਤੇ ਜਿਹੜਾ ਮੇਰੇ ਰਗਾਂ ਦੇ ਵਿੱਚ ਦੌੜਦਾ ਇਹ ਕਾਲੇ ਰੰਗ ਦਾ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦਲੀਲਾਂ ਨੇ। ਆਓ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰੀਏ। ਇਹ ਜੋ ਸਤਿਗੁਰੂ ਨੇ ਸਾਨੂੰ ਨਿਆਰਾਪਨ ਤੇ ਨਵੇਕਲਾਪਨ ਦਿੱਤਾ ਸੀ, ਇਸ ਨੂੰ ਇਸੇ ਤਰ੍ਹਾਂ ਅਸੀਂ ਕਾਇਮ ਰੱਖ ਸਕੀਏ। ਅਗਲੇਰੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਦੇਵ ਪਿਤਾ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬਲਬੀਰ ਸਿੰਘ ਜੀ ਤਰਨਾ ਦਲ, ਹੋਰ ਵੀ ਪਤਵੰਤੇ ਸੱਜਣ ਜੋ ਇਸ ਸਮਾਗਮ ਦੀ ਅਗਵਾਈ ਕਰ ਰਹੇ ਨੇ, ਅਗਵਾਈ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪੰਜ ਪਿਆਰੇ, ਇਹਨਾਂ ਦੀ ਅਗਵਾਈ ਦੇ ਵਿੱਚ ਇਹ ਮਾਰਚ ਚੱਲ ਰਿਹਾ ਹੈ। ਔਰ ਇੱਕ ਬੜੀ ਸੁਚੱਜੀ ਤੇ ਅੰਦਰ ਦੀ ਮਨ ਦੀ ਜਿਹੜੀ ਵੇਦਨਾ ਹੈ ਉਸ ਨੂੰ ਲੈ ਕੇ ਅਸੀਂ ਆਪਣੇ ਸਭ ਤੋਂ ਵੱਡੇ ਤਖ਼ਤ ਅਕਾਲ ਤਖ਼ਤ ਤੇ ਹਾਜ਼ਰ ਹੋ ਰਹੇ ਹਾਂ ਕਿ ਜੋ ਗੁਰਦੇਵ ਪਿਤਾ ਮਹਾਰਾਜ ਜੀ ਦੀ ਬਾਣੀ ਦਾ ਸੰਦੇਸ਼ ਸੀ, ਅਸਲ ਦੇ ਵਿੱਚ ਜੋ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਚਨ ਰੱਖੇ ਨੇ। ਬਾਬਾ ਕਬੀਰ ਜੀ ਕਹਿੰਦੇ ਨੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਕਾ ਪਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਹਾ ਸਰਬ ਠਾਈ,
ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਕਿਆ ਕਛ ਪੋਚ ਮਾਟੀ ਕੈ ਭਾਂਡੈ ਕਿਆ ਕਛ ਪੋਚ ਕੁਮਾਰੈ। ਕਹਿੰਦੇ ਅਵਲੇ ਅੱਲਾ ਪਰਮਾਤਮਾ ਨੇ ਰੱਬ ਨੇ ਜਦੋਂ ਇਨਸਾਨ ਪੈਦਾ ਕੀਤਾ ਉਹ ਕੁਦਰਤ ਦੇ ਬੰਦੇ ਨੇ, ਜਦੋਂ ਮਾਂ ਦੀ ਕੁੱਖ ਤੇ ਬੱਚੇ ਦਾ ਜਨਮ ਹੁੰਦਾ ਉਹ ਇਨਸਾਨ ਪੈਦਾ ਹੁੰਦਾ, ਉਹ ਮਾਨਵ ਪੈਦਾ ਹੁੰਦਾ, ਉਹ ਮਨੁਸ਼ ਪੈਦਾ ਹੁੰਦਾ, ਮਨੁੱਖ ਪੈਦਾ ਹੁੰਦਾ, ਉਹ ਕੋਈ ਜਾਤ ਲੈ ਕੇ ਨਹੀਂ ਆਉਂਦਾ। ਬੜੇ ਰਿਵੋਲੂਸ਼ਨਰੀ ਬੋਲ ਨੇ, ਗਰਭਵਾਸ ਮੈਂ ਕੁੱਲ ਨਹੀਂ ਜਾਂਦੀ। ਬਾਬਾ ਰਵਿਦਾਸ ਜੀ ਦੇ ਬੋਲ ਨੇ ਬਾਣੀ ਦੇ ਵਿੱਚ ਕਿ ਜਦੋਂ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਨਾ ਬੱਚਾ, ਉਹਦੇ ਵਿੱਚ ਕੁੱਲ ਨਹੀਂ ਜਾਂਦੀ, ਉਹਦੇ ਵਿੱਚ ਜਾਤ ਨਹੀਂ ਜਾਂਦੀ। ਗਰਭਵਾਸ ਮੈਂ ਕੁੱਲ ਨਹੀਂ ਜਾਂਦੀ, ਜਦੋਂ ਮਾਂ ਦੀ ਕੁੱਖ ਦੇ ਵਿੱਚ ਜਦੋਂ ਬੱਚਾ ਹੁੰਦਾ, ਭਾਵੇਂ ਇੰਗਲੈਂਡ ਦੇ ਵਿੱਚ ਜਨਮ ਲੈ ਰਿਹਾ ਹੋਵੇ, ਕੈਨੇਡਾ ਵਿੱਚ ਲੈ ਰਿਹਾ ਹੋਵੇ, ਅਫਗਾਨਿਸਤਾਨ ਵਿੱਚ ਲੈ ਰਿਹਾ ਹੋਵੇ, ਭਾਵੇਂ ਭਾਰਤ ਦੇ ਵਿੱਚ ਲੈ ਰਿਹਾ ਹੋਵੇ, ਜਦੋਂ ਕਿਸੇ ਮਾਂ ਦੀ ਕੁੱਖ ਦੇ ਵਿੱਚ ਬੱਚਾ ਪੈਦਾ ਹੁੰਦਾ ਉਹ ਇਨਸਾਨ ਪੈਦਾ ਹੁੰਦਾ, ਖਾਲਸਾ ਪੈਦਾ ਹੁੰਦਾ, ਉਹ ਖਾਲਸ ਪੈਦਾ ਹੁੰਦਾ। ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨੋਵਾਂ ਤੱਕ ਉਹ ਸਾਬਤ ਸੂਰਤ ਪੈਦਾ ਹੁੰਦਾ। ਮਨ ਕਰਕੇ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਕਿਹੜੀ ਜਾਤ ਦਾ ਵਾਂ, ਕਿਹੜੇ ਧਰਮ ਦਾ ਹਾਂ, ਮੈਂ ਕਿੱਥੋਂ ਦਾ ਸਿਟੀਜ਼ਨ ਹਾਂ। ਉਹ ਮਨ ਕਰਕੇ ਪਾਕ ਤੇ ਪਵਿੱਤਰ ਹੁੰਦਾ, ਸ਼ੁੱਧ ਹੁੰਦਾ, ਖਾਲਸ ਪੈਦਾ ਹੁੰਦਾ। ਇਹ ਕਨਸੈਪਟ ਹੈ ਗੁਰਬਾਣੀ ਦਾ, ਤੇ ਜੋ ਭਗਤ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਪ੍ਰਚਾਰਿਆ ਹੈ, ਹੂ ਬਹੂ ਉਸੇ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰਦੇ ਨੇ। ਪੰਥ ਸ਼੍ਰੋਮਣੀ ਬੁੱਢਾ ਦਲ ਵੱਲੋਂ ਜਥੇਦਾਰ ਮੇਜਰ ਸਿੰਘ ਜੀ, ਦਸ਼ਮੇਸ਼ ਤਰਨਾ ਦਲ ਵੱਲੋਂ ਵੀਰ ਸਿੰਘ ਬੰਸੀ ਮਿਸਲ ਵੱਲੋਂ ਬਾਬਾ ਬਲਵੀਰ ਸਿੰਘ ਜੀ ਤਰਨਾ ਦਲ, ਇਹ ਮਾਇਆਨਾਜ ਹਸਤੀਆਂ ਨੇ ਸਿੱਖ ਕੌਮ ਦੀਆਂ, ਜਿਨ੍ਹਾਂ ਦੀ ਯੋਗ ਅਗਵਾਈ ਅਸੀਂ ਪ੍ਰਾਪਤ ਕਰ ਰਹੇ ਹਾਂ। ਮੈਂ ਬੇਨਤੀ ਕਰ ਰਿਹਾ ਸਾਂ ਕਿ ਜੋ ਭਗਤ ਸਾਹਿਬਾਨ ਨੇ ਬਾਣੀ ਦੇ ਵਿੱਚ ਵਚਨ ਰੱਖੇ ਨੇ, ਔਰ ਇਤਨੀ ਇੱਕ ਸੁਰਤਾ ਹੈ ਭਗਤਾਂ ਗੁਰੂਆਂ ਭੱਟਾਂ ਦੀ ਤੇ ਸਿੱਖਾਂ ਦੀ ਬਾਣੀ ਜਦੋਂ ਆਪਸ ਵਿੱਚ ਰਲਾ ਕੇ ਵੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜੋ ਬਾਬਾ ਕਬੀਰ ਜੀ ਕਹਿ ਰਹੇ ਨੇ ਉਹ ਬਾਬਾ ਰਵਿਦਾਸ ਜੀ ਉਸਦੀ ਵਿਆਖਿਆ ਕਰ ਰਹੇ ਨੇ। ਜੇ ਇਹ ਬੋਲ ਬਾਬਾ ਕਬੀਰ ਜੀ ਦੇ ਨੇ ਇਸ ਜਗ੍ਹਾ ਦੇ ਉੱਤੇ, ਉਹ ਕਹਿੰਦੇ ਨੇ ਇੱਕ ਮਿੱਟੀ ਤੋਂ ਜਿਵੇਂ ਕੁਮਿਆਰ ਅਲੱਗ ਅਲੱਗ ਭਾਂਡੇ ਬਣਾ ਦਿੰਦਾ ਹੈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਕਿਆ ਕਛ ਪੋਚ ਮਾਟੀ ਕੈ ਭਾਂਡੈ ਕਿਆ ਕਛ ਪੋਚ। ਉਹਨਾਂ ਦੀ ਗੱਲ ਵੀ ਮੰਨਿਆ ਕਰੋ ਜਿਹਨਾਂ ਨੂੰ ਆਪਣਾ ਰਹਿਬਰ ਆਪਣਾ ਗੁਰੂ ਮੰਨਦੇ ਹੋ, ਉਹਨਾਂ ਦੀ ਗੱਲ ਵੀ ਮੰਨਿਆ ਕਰੋ। ਜੇ ਕੱਲੀ ਉਹਨਾਂ ਦੇ ਗੀਤ ਗਾ ਲੈਣੇ ਨੇ, ਸੁਣ ਲੈਣੇ ਨੇ, ਤੇ ਇਸ ਦੇ ਨਾਲ ਗੱਲ ਬਣਦੀ ਨਹੀਂ। ਜਿਵੇਂ ਇੱਕ ਡਾਕਟਰ ਦੇ ਘਰ ਪੁੱਤਰ ਪੈਦਾ ਹੋ ਜਾਵੇ ਤੇ ਵੱਡਾ ਹੋ ਕੇ ਦੁਕਾਨ ਖੋਲ ਕੇ ਦਵਾਈ ਦੇਣ ਲੱਗ ਪਵੇ ਤੇ ਸਾਧ ਸੰਗਤ ਕੋਈ ਨਹੀਂ ਜਾਵੇਗਾ ਦਵਾਈ ਲੈਣ, ਜੇ ਉਹ ਕਵੇ ਕਿ ਮੇਰੇ ਕੋਲ ਹਰ ਦਵਾ ਦਾ ਹਰ ਦਾਰੂ ਹਰ ਰੋਗ ਦਾ ਇਲਾਜ ਹੈ ਤੇ ਲੋਕ ਉਸਦੇ ਕੋਲ ਨਹੀਂ ਜਾਣਗੇ। ਕਿਉਂ ਨਹੀਂ ਜਾਣਗੇ? ਕਿਉਂਕਿ ਉਸਨੇ ਡਾਕਟਰ ਦੀ ਪੜ੍ਹਾਈ ਨਹੀਂ ਕੀਤੀ ਹੈ। ਡਾਕਟਰ ਦੇ ਘਰ ਪੈਦਾ ਹੋਣ ਵਾਲਾ ਉਸਦਾ ਬੇਟਾ ਡਾਕਟਰ ਨਹੀਂ ਬਣ ਗਿਆ ਜਦ ਤੱਕ ਡਾਕਟਰ ਦੀ ਪੜ੍ਹਾਈ ਨਹੀਂ ਕਰ ਲੈਂਦਾ। ਇਸੇ ਤਰ੍ਹਾਂ ਸਿੱਖ ਦੇ ਘਰ ਪੈਦਾ ਹੋਣ ਵਾਲਾ ਉਹ ਸਿੱਖ ਨਹੀਂ ਹੋ ਗਿਆ ਸਾਧ ਸੰਗਤ ਜਦ ਤੱਕ ਉਹਨੇ ਸਿੱਖੀ ਦੀ ਪੜ੍ਹਾਈ ਨਹੀਂ ਕੀਤੀ। ਬਾਬੇ ਨਾਨਕ ਦੇ ਘਰ ਦੇ ਪੁੱਤਰ ਪੈਦਾ ਹੋਏ ਨੇ, ਰਗਾਂ ਦੇ ਵਿੱਚ ਖੂਨ ਹੈ ਗੁਰੂ ਨਾਨਕ ਦਾ, ਉਹਨਾਂ ਦੀ ਕੁੱਖ ਤੋਂ ਜਨਮੇ ਨੇ, ਇੱਕੋ ਕੁੱਖ ਤੋਂ ਜਨਮੇ ਨੇ, ਗੁਰੂ ਨਾਨਕ ਦੇ ਘਰ ਪੈਦਾ ਹੋਏ ਨੇ, ਪਰ ਸ਼੍ਰੀ ਚੰਦ ਤੇ ਲਖਮੀ ਚੰਦ
ਉਹਨਾਂ ਨੂੰ ਸਿੱਖੀ ਦੀ ਸਮਝ ਨਹੀਂ ਤੇ ਗੁਰੂ ਨਾਨਕ ਦੇ ਘਰ ਉਹਨਾਂ ਦੀ ਪ੍ਰਵਾਨਗੀ ਵੀ ਨਹੀਂ, ਉਹਨਾਂ ਨੂੰ ਪ੍ਰਵਾਨ ਵੀ ਨਹੀਂ ਕੀਤਾ ਗਿਆ। ਸੋ ਸਾਧ ਸੰਗਤ, ਉਹ ਆਦਮ ਦੇ ਬੋਲ ਨੇ ਜਿਨਕੇ ਦਿਨ ਮਨਾਤੇ ਹੋ, ਉਨਕੀ ਬਾਤ ਵੀ ਮਾਨੋ, ਉਹਨਾਂ ਦੀ ਗੱਲ ਵੀ ਮੰਨਿਆ ਕਰ। ਤੇ ਜੇ ਤੇਰੇ ਘਰ ਬੱਚਾ ਪੈਦਾ ਹੁੰਦਾ ਹੈ, ਤੂੰ ਵੀ ਜਾ ਕੇ ਪੁੱਛਦਾ ਹੈ ਕਿ ਕਿਹੜਾ ਸਮਾਂ ਚੱਲ ਰਿਹਾ, ਕਿਹੜਾ ਨਛੱਤਰ ਚੱਲ ਰਿਹਾ, ਗ੍ਰਹਿ ਚਾਲ ਕੀ ਸੀ, ਗ੍ਰਹਿ ਦਸ਼ਾ ਕੀ ਸੀ। ਤੇ ਫਿਰ ਤੇਰੇ ਵੀ ਉਹੀ ਹਾਲਾਤ ਨੇ ਜੋ ਉਸ ਡਾਕਟਰ ਦੇ ਘਰ ਪੈਦਾ ਹੋਣ ਵਾਲੇ ਪੁੱਤਰ ਦੇ। ਸੋ ਇਹ ਜੋ ਕਮੀਆਂ ਖਾਮੀਆਂ ਘਾਟਾ ਸਾਡੇ ਅੰਦਰ ਆ ਗਈਆਂ ਨੇ, ਇਹਨਾਂ ਨੂੰ ਕੱਢਣਾ ਵੀ ਆਪਣੇ ਅੰਦਰੋਂ ਅਸੀਂ ਹੋਈ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਇਹ ਜੋ ਕਾਫਲਾ ਤਿਆਰ ਹੋ ਕੇ ਅਕਾਲ ਤਖ਼ਤ ਸਾਹਿਬ ਨੂੰ ਜਾ ਰਹੇ ਹੈ, ਜਿਤਨੀ ਹਾਜ਼ਰੀ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਅਸੀਂ ਲਵਾਈ ਹੈ। ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਵਿੱਚ ਬੈਠ ਕੇ ਉਹਦੀ ਸਿਫਤ ਸਾਲਾ ਉਸਤਤ ਕੀਤੀ ਹੈ। ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਹੁਣ ਇੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ, ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਕਾਫਲਾ ਅਗਾਂਹ ਅਕਾਲ ਤਖ਼ਤ ਵੱਲ ਨੂੰ ਚੱਲੇਗਾ। ਇੱਥੇ ਸਮਾਪਤੀ ਦਾ ਜੋ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੋਇਆ ਹੈ, ਸੰਗਤਾਂ ਦਾ ਹੁਕਮ ਹੋਇਆ ਹੈ, ਆਖੀਰ ਵਿੱਚ ਗੁਰਫਤਿਹ ਦੇ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੇਜ ਦੁਨੀਆਂ ਦੇ ਉੱਤੇ ਅਵਤਾਰ ਦਾਤਿਆ। ਜਦੋਂ ਇਹ ਅਵਤਾਰ ਸ਼ਬਦ ਆਉਂਦਾ ਹੈ, ਅਵਤਾਰ ਦਾ ਮਤਲਬ ਹੁੰਦਾ ਉਤਰਨਾ, ਅਵਤਰਨ ਹੋਣਾ। ਪਰ ਬਾਬਾ ਕਬੀਰ ਜੀ ਦੇ ਬੋਲ ਬਾਣੀ ਵਿੱਚ ਪੜ੍ਹੀਏ ਤੇ ਉਹ ਕਹਿੰਦੇ ਨੇ, ਕਹੋ ਕਬੀਰ ਇਹ ਰਾਮ ਕਾ ਅੰਸ਼। ਪਤਾ ਕਿਹਨੂੰ ਆਖਿਆ? ਜਿਹੜੀ ਸਾਡੇ ਅੰਦਰ ਆਤਮਾ ਬੈਠੀ ਹੈ, ਸਾਡੇ ਅੰਦਰ ਜਿਹੜੀ ਜੋਤ ਬੈਠੀ ਹੈ, ਜਿਸ ਨੂੰ ਸਪਿਰਿਟ ਕਹਿੰਦੇ ਆ, ਕੋਈ ਇਹਨੂੰ ਰੂਹ ਕਹਿੰਦਾ, ਮੁਸਲਮਾਨ ਇਹਨੂੰ ਰੂਹ ਕਹਿੰਦੇ ਨੇ, ਇਸਲਾਮ ਜਗਤ ਇਹਨੂੰ ਰੂਹ ਕਹਿੰਦਾ, ਸਨਾਤਨ ਧਰਮ ਇਹਨੂੰ ਆਤਮਾ ਕਹਿੰਦਾ, ਸਿੱਖ ਧਰਮ ਇਹਨੂੰ ਆਤਮਾ ਕਹਿੰਦਾ, ਕ੍ਰਿਸਚਨ ਇਹਨੂੰ ਸਪਿਰਿਟ ਕਹਿੰਦੇ ਨੇ, ਅਲੱਗ ਅਲੱਗ ਚੀਜ਼ਾਂ ਨੇ। ਸਾਇੰਸ ਇਸ ਨੂੰ ਐਨਰਜੀ ਕਹਿੰਦੀ ਹੈ। ਮੈਂ ਬੇਨਤੀ ਕਰਦਾ, ਬਾਬਾ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਇਹ ਰਾਮ ਕਾ ਅੰਸ਼। ਜਿਹੜੀ ਤੇਰੇ ਅੰਦਰ ਆਤਮਾ ਬੈਠੀ ਹੈ ਨਾ, ਇਹ ਤੇ ਰਾਮ ਦਾ ਅੰਸ਼ ਹੈ, ਭਾਵ ਪਰਮਾਤਮਾ ਦਾ, ਖੁਦਾ ਦਾ, ਅੱਲਾ ਦਾ, ਉਹ ਵਾਹਿਗੁਰੂ ਦਾ ਅੰਸ਼ ਹੈ ਤੇਰੇ ਅੰਦਰ। ਭਾਵ ਇਹ ਇੱਕ ਇੱਕ ਇਨਸਾਨ ਜਿਹੜਾ ਜਾਣ ਜਾਏ ਕਿ ਮੈਂ ਕੌਣ ਹਾਂ, ਆਪਣੇ ਆਪ ਨੂੰ ਜਾਣ ਲਵੇ, ਉਹ ਅਵਤਾਰ ਹੀ ਹੈ। ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਕਹਿੰਦੇ ਅਰਜੁਨਾਂ ਨੂੰ ਕੋਈ ਸਮਝ ਨਹੀਂ, ਸੋਚ ਨਹੀਂ, ਪਸ਼ੂਆ ਮਨੁੱਖ ਦੇ ਹੀ ਅੰਤਰ ਅੰਤਰ ਇਹ ਸ਼ਬਦ ਸੁਰਤ ਵਿਵੇਕ ਅਭਿਵੇਕ ਹੈ। ਵਿਵੇਕ ਬੁੱਧੀ ਤੇ ਨਹੀਂ ਹੈ ਪਸ਼ੂ ਦੇ ਕੋਲ, ਪੰਛੀ ਦੇ ਕੋਲ ਵਿਵੇਕ ਬੁੱਧੀ ਤੇ ਨਹੀਂ ਹੈ, ਤੇਰੇ ਕੋਲ ਵਿਵੇਕ ਬੁੱਧੀ ਹੈ। ਕੀ ਹੈ? ਵਿਵੇਕ ਬੁੱਧੀ। ਤੇ ਬਾਬਾ ਰਵਿਦਾਸ ਜੀ ਦੇ ਰੈਵੋਲੂਸ਼ਨਰੀ ਬੋਲਦੇ, ਉਹ ਕਹਿੰਦੇ ਨੇ, ਵਿਵੇਕ ਦੀਪ ਮਲੀਨ। ਤੇਰਾ ਵਿਵੇਕ ਦਾ ਜਿਹੜਾ ਦੀਵਾ ਹੈ ਨਾ, ਇਹ ਮੈਲਾ ਹੋ ਗਿਆ, ਇਹੋ ਮਲੀਨ ਹੋ ਗਿਆ। ਜਿਸ ਦਿਨ ਇਹ ਮੈਲ ਲਾ ਲਵੇਗਾ, ਉਸ ਦਿਨ ਹੀ ਤੇਰੇ ਅੰਦਰੋਂ ਅਵਤਾਰ ਪੈਦਾ ਹੋ ਜਾਵੇਗਾ, ਉਸ ਦਿਨ ਤੂੰ ਹੀ ਅਵਤਾਰ ਹੋ ਜਾਵੇਗਾ। ਆਹ ਦੀਵਾਲੀ ਦਾ ਪੁਰਬ ਲੰਘੇ ਹੈ, ਮੈਂ ਬੇਨਤੀ ਕਰਦਾ ਵਾ, ਇਹ ਦੀਵਾਲੀ ਦੇ ਪੁਰਬ ਦੇ ਉੱਤੇ ਬੜੇ ਸਵਾਲ ਕੀਤੇ ਜਾਂਦੇ ਨੇ ਕਿ ਕੋਈ ਕਹਿੰਦਾ ਹੈ ਕਿ ਰਾਜਾ ਰਾਮ ਜਦੋਂ ਵਾਪਸ ਆਇਆ ਸੀ ਤੇ ਇਹ ਤਾਂ ਦੀਪਮਾਲਾ ਕੀਤੀ ਗਈ ਸੀ, ਇਸ ਨੂੰ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਸਿੱਖ ਵੀ ਮਨਾਉਂਦੇ ਨੇ। ਸਿੱਖ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆ 52 ਰਾਜੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛਡਾਏ ਸਨ, ਇਹ ਤਾਂ ਹੋਇਆ ਸੀਗਾ। ਬੁੱਧ ਸਮਾਜ ਦੇ ਨਾਲ ਜੁੜੇ ਲੋਕ ਕਹਿੰਦੇ ਨੇ ਕਿ ਜਿਸ ਦਿਨ ਮਹਾਤਮਾ ਬੁੱਧ ਨੂੰ ਅਤੀ ਦੀਪੋ ਭਵੈ, ਜਦੋਂ ਆਪਣਾ ਦੀਵਾ ਆਪ ਬਣ ਕੇ ਉਹਨਾਂ ਨੂੰ ਗਿਆਨ ਦਾ ਪ੍ਰਕਾਸ਼ ਹੋਇਆ ਸੀ, ਉਸ ਦਿਨ ਤੋਂ ਦੀਪਮਾਲਾ ਸ਼ੁਰੂ ਹੋਈ ਸੀ।
ਜਦ ਰਾਜਾ ਅਸ਼ੋਕ ਦੇ ਨਾਲ ਜਾ ਕੇ ਇਹ ਵਰਤਾਂਤ ਜੁੜ ਜਾਂਦਾ ਹੈ ਕਿ ਉਸ ਵੇਲੇ ਦੀਪਮਾਲਾ ਹੋਈ ਸੀ ਪੂਰੇ ਭਾਰਤ ਦੇ ਵਿੱਚ। ਮੈਂ ਬੇਨਤੀ ਕਰਦਾ ਵਾਂ, ਇਹ ਵਾਰ ਦਾ ਇਤਿਹਾਸ ਹੈ, ਇਸ ਦੇ ਅੰਦਰ ਦੀ ਇੱਕ ਬੜੀ ਵੱਡੀ ਡੂੰਘੀ ਗੱਲ ਹੈ, ਬੜੀ ਗਹਿਰੀ ਗੱਲ ਹੈ। ਜਿਹੜਾ ਇਨਸਾਨ ਹੈ ਨਾ, ਉਹ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਅਵਤਾਰ ਹੈ। ਜੇ ਆਪਣੇ ਆਪ ਦੀ ਪਹਿਚਾਣ ਕਰ ਲਵੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਗੁਰੂ ਦੀ ਮਤ ਲੈ ਕੇ ਰੰਗ ਮਾਣ, ਤੇਰੇ ਅੰਦਰ ਦੀ ਜਿਹੜੀ ਜੋਤ ਹੈ ਇਹ ਰੱਬ ਦਾ ਰੂਪ ਹੈ, ਇਹ ਪਰਮਾਤਮਾ ਦਾ ਵਾਹਿਗੁਰੂ ਦਾ ਸਰੂਪ ਹੈ। ਇਸ ਜੋਤ ਨੂੰ ਜਗਾ, ਇਸ ਨੂੰ ਚਾਨਣ ਨੂੰ ਦੇਖ, ਤੇ ਤੈਨੂੰ ਸਵੈ ਪ੍ਰਕਾਸ਼ ਹੋਵੇਗਾ ਕਿ ਤੈਨੂੰ ਪਰਮਾਤਮਾ ਨੇ ਕਿਸ ਬਰਕਤਾਂ ਦੇ ਨਾਲ ਨਿਵਾਜਿਆ ਹੈ, ਇਹ ਕੁਦਰਤ ਨੇ ਤੈਨੂੰ ਕਿਸ ਤਰ੍ਹਾਂ ਨਿਵਾਜਿਆ ਹੈ। ਅਵਤਾਰ ਦਾ ਜਿਹੜਾ ਸੰਬੰਧ ਹੈ ਉਹ ਸਨਾਤਨ ਮਤ ਦੇ ਵਿੱਚ ਕੁਝ ਹੋਰ ਹੈ, ਪਰ ਜਦੋਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਯੋਗ ਅਗਵਾਈ ਦੇ ਵਿੱਚ ਵੇਖਦੇ ਹਾਂ, ਤੇ ਅਵਤਾਰ ਉਹ ਹੈ ਜਿਹੜਾ ਸੱਚ ਦੇ ਉੱਤੇ ਪੈਰ ਪਹਿਰਾ ਦਿੰਦਾ ਹੈ, ਜਿਹੜਾ ਸੱਚ ਦੀ ਗੱਲ ਕਰਦਾ ਹੈ। ਮੈਂ ਇੱਕ ਬਹੁਤ ਵੱਡੇ ਇਤਿਹਾਸਕਾਰ ਨੂੰ ਪੜ੍ਹ ਰਿਹਾ ਸਾਂ, ਉਹ ਕਹਿੰਦਾ ਮਹਾਤਮਾ ਬੁੱਧ ਜਿਸ ਪੁੱਲ ਦੇ ਵਿੱਚ ਜਨਮ ਲੈ ਰਹੇ ਨੇ, ਜਿਸ ਘਰ ਦੇ ਵਿੱਚ ਜਨਮ ਲੈ ਰਹੇ ਨੇ, ਉਹ ਇੱਕ ਰਾਜੇ ਦਾ ਘਰ ਹੈ, ਇੱਕ ਰਾਜੇ ਦੇ ਘਰ ਪੈਦਾ ਹੋ ਰਹੇ ਨੇ। ਤੇ ਜਦੋਂ ਉਹ ਬ੍ਰਾਹਮਣਵਾਦ ਦੀ ਖਿਲਾਫਤ ਕਰਦੇ ਨੇ, ਉਹ ਮਨੁਵਾਦ ਦੇ ਖਿਲਾਫ ਬੋਲਦੇ ਨੇ, ਆਪਣੇ ਵਿਚਾਰ ਦਿੰਦੇ ਨੇ, ਤੇ ਉਹ ਰਾਜੇ ਦੇ ਪੁੱਤਰ ਨੇ, ਰਾਜ ਭਾਗ ਮਾਣ ਕੇ ਆਏ ਨੇ, ਉਹਨਾਂ ਲਈ ਇਹ ਗੱਲ ਕਰਨੀ ਸੌਖੀ ਹੈ। ਫਿਰ ਉਹ ਕਹਿੰਦਾ ਜਦੋਂ ਮੈਂ ਜਗਤ ਗੁਰ ਬਾਬਾ ਨਾਨਕ ਨੂੰ ਵੇਖਦਾ, ਉਹ ਪਟਵਾਰੀ ਦੇ ਪੁੱਤਰ ਨੇ, ਘਰੇ ਸਭ ਸੁੱਖ ਸਹੂਲਤਾਂ ਨੇ, ਧਨ ਦੌਲਤ ਹੈ, ਜਦੋਂ ਉਹ ਵੀ ਬ੍ਰਾਹਮਣਵਾਦ ਦੇ ਖਿਲਾਫ ਗੱਲ ਕਰਦੇ ਨੇ, ਤੇ ਮੈਨੂੰ ਅਚੰਬਾ ਨਹੀਂ ਹੁੰਦਾ। ਇਹ ਰਜਨੀਸ਼ ਓਸ਼ੋ ਦੇ ਸ਼ਬਦ ਨੇ। ਪਰ ਕਹਿੰਦਾ ਜਦੋਂ ਮੈਂ ਬਨਾਰਸ ਦੀ ਧਰਤੀ ਤੇ ਪੈਦਾ ਹੋਣ ਵਾਲੇ ਔਰ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਲਤਾੜਿਆ ਹੋਇਆ, ਬਾਬਾ ਕਬੀਰ ਜੀ ਤੇ ਬਾਬਾ ਰਵਿਦਾਸ ਜੀ ਨੂੰ ਤੇ ਬਾਬਾ ਨਾਮਦੇਵ ਜੀ ਨੂੰ ਵੇਖਦਾ ਵਾ ਕਿ ਉਹ ਬ੍ਰਾਹਮਣਵਾਦ ਦੀਆਂ ਧੱਜੀਆਂ ਉਡਾਉਂਦੇ ਨੇ, ਕਹਿੰਦਾ ਮੈਨੂੰ ਬਹੁਤ ਅਚੰਭਾ ਹੁੰਦਾ ਹੈ। ਬਹੁਤ ਵੱਡੀ ਕ੍ਰਾਂਤੀ ਲਿਆਉਣ ਵਾਸਤੇ ਕੱਖਾਂ ਦੀ ਕੁੱਲੀ ਤੋਂ ਕਿਸੇ ਨੇ ਸ਼ੁਰੂਆਤ ਕੀਤੀ ਹੋਵੇ, ਇਹ ਆਪਣੇ ਆਪ ਦੇ ਵਿੱਚ ਅਚੰਭਾ ਹੈ, ਇਹ ਆਪਣੇ ਆਪ ਦੇ ਵਿੱਚ ਅਚੰਭਾ ਹੈ। ਰਾਜੇ ਦਾ ਪੁੱਤਰ ਹੋ ਕੇ ਕਹਿ ਦੇਣਾ ਸੌਖਾ ਹੈ, ਪਟਵਾਰੀ ਦੇ ਘਰ ਪੈਦਾ ਹੋ ਕੇ ਸੱਚ ਨੂੰ ਸੱਚ ਕਹਿ ਦੇਣਾ ਸੌਖਾ ਹੈ, ਪਰ ਕੱਖਾਂ ਦੀ ਕੁੱਲੀ ਦੇ ਵਿੱਚ ਰਹਿ ਕੇ ਹਜ਼ਾਰਾਂ ਸਾਲਾਂ ਤੋਂ ਲਤਾੜਿਆ ਜਾਣ ਤੋਂ ਬਾਅਦ ਉਸ ਦੀ ਖਿਲਾਫਤ ਕਰਨੀ, ਇਹ ਆਪਣੇ ਆਪ ਦੇ ਵਿੱਚ ਰੈਵੋਲਿਊਸ਼ਨ ਹੈ। ਸੋ ਉਹ ਜੋ ਗੱਲਾਂ 15 ਭਗਤਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜੋ ਗੱਲ 15 ਭਗਤਾਂ ਨੇ ਆਖੀ ਹੈ ਨਾ, ਗੁਰੂ ਸਾਹਿਬ ਉਸੇ ਦਾ ਪ੍ਰਚਾਰ ਕਰਦੇ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੀ ਨੀਂਹ ਜਿਹੜੀ ਉਹ ਰੱਖੀ ਗਈ ਹੈ, ਉਹ ਭਗਤਾਂ ਦੀ ਬਾਣੀ ਦੇ ਉੱਤੇ ਰੱਖੀ ਗਈ ਹੈ। ਇਸ ਦੇ ਵਿੱਚ ਕੋਈ ਅਤੀਸ਼ੋਕਤੀ ਨਹੀਂ ਹੈ। ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਆਦਮ ਦੇ ਮੈਨੂੰ ਬੋਲ ਯਾਦ ਆ ਗਏ, ਉਹ ਕਹਿੰਦਾ ਗੁਰੂਆਂ ਭਗਤਾਂ ਤੇ ਭੱਟਾਂ ਦੀ ਬਾਣੀ ਦੀ ਇੱਕ ਲੜੀ ਪਰੋਈ, ਚਾਨਣ ਦਾ ਇੱਕ ਚਸ਼ਮਾ ਫੁੱਟਿਆ, ਗੁਰੂ ਨਾਨਕ ਦੀ ਕਿਰਪਾ ਹੋਈ। ਇਹ ਗੁਰੂ ਨਾਨਕ ਦੀ ਕਿਰਪਾ ਹੋਈ ਹੈ ਕਿ ਉਸ ਨੇ ਸਾਰਿਆਂ ਨੂੰ ਇੱਕ ਜਗ੍ਹਾ ਇਕੱਤਰ ਕਰ ਦਿੱਤਾ ਹੈ। ਜਦੋਂ ਇਸ ਤਰ੍ਹਾਂ ਰੈਵੋਲਿਊਸ਼ਨਰੀ ਕੋਈ ਜੋਤ ਜਾਗਦੀ ਹੈ ਤੇ ਜਗਿਆ ਹੋਇਆ ਦੀਵਾ ਹੀ ਜਗਾਉਂਦਾ ਹੈ ਨਾ, ਸਾਧ ਸੰਗਤ ਜਿਹੜਾ ਆਪ ਬੁਝਿਆ ਹੋਏ ਕਿਸੇ ਨੂੰ ਕਿੱਥੇ ਜਗਾ ਸਕਦਾ ਹੈ, ਆਪ ਦੀਵਾ ਬੁਝਿਆ ਹੋਵੇ ਕਿਸੇ ਨੂੰ ਆਪ ਉਹਦੇ ਲਈ ਰੋਸ਼ਨੀ ਨਹੀਂ, ਕਿਸੇ ਨੂੰ ਕੀ ਜਗਾ ਸਕੇਗਾ। ਤੇ ਜਦੋਂ ਇਹੋ ਜਿਹੇ ਦੀਵੇ ਜਗਦੇ ਨੇ, ਰੋਸ਼ਨੀ ਹੁੰਦੀ ਹੈ, ਤੇ ਫਿਰ ਖੁਸ਼ੀ ਦੇ ਦੀਵੇ ਬਲਦੇ ਨੇ।
ਉਹਨਾਂ ਦੇ ਲਈ ਗੀਤ ਗਾਏ ਜਾਂਦੇ ਨੇ, ਉਹਨਾਂ ਦੀ ਉਸਤਤ ਕੀਤੀ ਜਾਂਦੀ ਹੈ, ਉਹਨਾਂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਤੇ ਸਿਫਤ ਸਲਾਹ ਤੇ ਖੁਸ਼ੀ ਦੇ ਗੀਤ ਗਾਣੇ ਉਹ ਇਸ ਲਈ ਨੇ ਕਿ ਯਾਦ ਰਹਿ ਸਕਣ ਉਹਨਾਂ ਦੇ ਦਿੱਤੇ ਵਿਚਾਰ, ਉਹਨਾਂ ਦੀ ਦਿੱਤੀ ਸੋਚ ਨੂੰ ਅਸੀਂ ਅਪਣਾ ਸਕੀਏ, ਇਸ ਕਰਕੇ ਬੋਲੇ ਜਾਂਦੇ ਨੇ। ਬਾਣੀ ਕਹਿੰਦੀ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜਦੋਂ ਆਪਣੇ ਪਿਓ ਦਾਦਿਆਂ ਦੀਆਂ, ਬਾਬੇ ਦਾਦਿਆਂ ਦੀਆਂ, ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਬਾਤਾਂ ਪਾਉਂਦੇ ਰਹੀਏ, ਫਿਰ ਪੁੱਤਰਾਂ ਤੋਂ ਸਪੁੱਤਰ ਹੋ ਜਾਈਦਾ ਹੈ, ਪੁੱਤਰਾਂ ਤੋਂ ਸਪੁੱਤਰ ਹੋ ਜਾਈਦਾ ਹੈ। ਆਓ ਕਾਵਿ ਰਚਨਾ ਦੇ ਰੂਪ ਦੇ ਵਿੱਚ ਹਾਜ਼ਰੀ ਲਵਾਈਏ। ਜਦੋਂ ਕੋਈ ਰਿਵੋਲੂਸ਼ਨ ਆਉਂਦਾ ਹੈ, ਉਹ ਰਿਵੋਲੂਸ਼ਨਰੀ ਪੁਰਸ਼ ਆਉਂਦਾ ਹੈ ਤੇ ਉਸ ਦੀ ਦਿੱਤੀਆਂ ਵਿਚਾਰਾਂ ਤੇ ਸੋਚ ਨੂੰ ਜਦੋਂ ਸਾਰਾ ਸੰਸਾਰ ਨਤਮਸਤਕ ਹੁੰਦਾ ਹੈ ਤੇ ਫਿਰ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ। ਇਹਨਾਂ ਖੁਸ਼ੀ ਦੇ ਗੀਤਾਂ ਨੂੰ ਕਿਸ ਤਰ੍ਹਾਂ ਇਜ਼ਹਾਰ ਕਰਦਾ ਹੈ ਕਲਮਬੱਧ ਕਰਨ ਵਾਲਾ, ਇਹ ਉਹ ਬਿਆਨ ਕਰਦੇ। ਖੁਸ਼ੀ ਦੇ ਭੈਣੋ ਗਾਈਏ, ਕਾਸ਼ੀ ਚ ਰਵਿਦਾਸ ਆ ਗਿਆ। ਆਵੋ ਗੀਤ ਨੀ ਖੁਸ਼ੀ ਦੇ ਭੈਣੋ ਗਾਈਏ,
ਕਦੇ ਸ਼ਿਕਤੇ ਜਾਣਗੇ ਵੀ ਉਹਦੇ ਦੁੱਖ ਤੇ ਦੁੱਖ ਤੇ ਕਦੇ ਸ਼ਿਕਤੇ ਜਾਣਗੇ ਵੀ ਜਿਹੜਾ ਦਰਸ਼ਨ ਪਾ ਗਿਆ ਬੇਟਾ ਡਾਕਟਰ ਨਹੀਂ ਬਣ ਗਿਆ ਜਦ ਤੱਕ ਡਾਕਟਰ ਦੀ ਪੜ੍ਹਾਈ ਨਹੀਂ ਕਰ ਲੈਂਦਾ।
ਇਸੇ ਤਰ੍ਹਾਂ ਸਿੱਖ ਦੇ ਘਰ ਪੈਦਾ ਹੋਣ ਵਾਲਾ ਉਹ ਸਿੱਖ ਨਹੀਂ ਹੋ ਗਿਆ ਸਾਧ ਸੰਗਤ ਜਦ ਤੱਕ ਉਹਨੇ ਸਿੱਖੀ ਦੀ ਪੜ੍ਹਾਈ ਨਹੀਂ ਕੀਤੀ। ਬਾਬੇ ਨਾਨਕ ਦੇ ਘਰ ਦਾ ਪੁੱਤਰ ਪੈਦਾ ਹੋਏ ਨੇ, ਰਗਾਂ ਦੇ ਵਿੱਚ ਖੂਨ ਹੈ ਗੁਰੂ ਨਾਨਕ ਦਾ, ਉਹਨਾਂ ਦੀ ਕੁੱਖ ਤੋਂ ਜਨਮੇ ਨੇ, ਇੱਕੋ ਕੁੱਖ ਤੋਂ ਜਨਮੇ ਨੇ, ਗੁਰੂ ਨਾਨਕ ਦੇ ਘਰ ਪੈਦਾ ਹੋਏ ਨੇ, ਪਰ ਸ਼੍ਰੀ ਚੰਦ ਤੇ ਲਖਮੀ ਚੰਦ ਉਹਨਾਂ ਨੂੰ ਸਿੱਖੀ ਦੀ ਸਮਝ ਨਹੀਂ ਤੇ ਗੁਰੂ ਨਾਨਕ ਦੇ ਘਰ ਉਹਨਾਂ ਦੀ ਪ੍ਰਵਾਨਗੀ ਵੀ ਨਹੀਂ, ਉਹਨਾਂ ਨੂੰ ਪ੍ਰਵਾਨ ਵੀ ਨਹੀਂ ਕੀਤਾ ਗਿਆ। ਸੋ ਸਾਧ ਸੰਗਤ ਉਹ ਆਦਮ ਦੇ ਬੋਲ ਨੇ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ, ਉਹਨਾਂ ਦੀ ਗੱਲ ਵੀ ਮੰਨਿਆ ਕਰ। ਤੇ ਜੇ ਤੇਰੇ ਘਰ ਬੱਚਾ ਪੈਦਾ ਹੁੰਦਾ ਤੂੰ ਵੀ ਜਾ ਕੇ ਪੁੱਛਦਾ ਹੈ ਕਿ ਕਿਹੜਾ ਸਮਾਂ ਚੱਲ ਰਿਹਾ, ਕਿਹੜਾ ਨਛੱਤਰ ਚੱਲ ਰਿਹਾ, ਗ੍ਰਹਿ ਚਾਲ ਕੀ ਸੀ, ਗ੍ਰਹਿ ਦਸ਼ਾ ਕੀ ਸੀ, ਤੇ ਫਿਰ ਤੇਰੇ ਵੀ ਉਹੀ ਹਾਲਾਤ ਨੇ ਜੋ ਉਸ ਡਾਕਟਰ ਦੇ ਘਰ ਪੈਦਾ ਹੋਣ ਵਾਲੇ ਪੁੱਤਰ ਦੇ। ਸੋ ਇਹ ਜੋ ਕਮੀਆਂ ਖਾਮੀਆਂ ਘਾਟਾ ਸਾਡੇ ਅੰਦਰ ਆ ਗਈਆਂ ਨੇ, ਇਹਨਾਂ ਨੂੰ ਕੱਢਣਾ ਵੀ ਆਪਣੇ ਅੰਦਰੋਂ ਅਸੀਂ ਹੋਈ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਇਹ ਜੋ ਕਾਫਲਾ ਤਿਆਰ ਹੋ ਕੇ ਅਕਾਲ ਤਖ਼ਤ ਸਾਹਿਬ ਨੂੰ ਜਾ ਰਹੇ ਹੈ, ਜਿਤਨੀ ਹਾਜ਼ਰੀ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਅਸੀਂ ਲਵਾਈ ਹੈ। ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਵਿੱਚ ਬੈਠ ਕੇ ਉਹਦੀ ਸਿਫਤ ਸਾਲਾ ਉਸਤਤ ਕੀਤੀ ਹੈ। ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਹੁਣ ਇੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ, ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਕਾਫਲਾ ਅਗਾਂਹ ਅਕਾਲ ਤਖ਼ਤ ਵੱਲ ਨੂੰ ਚੱਲੇਗਾ। ਇੱਥੇ ਸਮਾਪਤੀ ਦਾ ਜੋ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੋਇਆ ਹੈ, ਸੰਗਤਾਂ ਦਾ ਹੁਕਮ ਹੋਇਆ ਹੈ, ਆਖੀਰ ਵਿੱਚ ਗੁਰਫਤਿਹ ਦੇ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।